ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਕੈਦੀ ਆਪਸ ਦੇ ਵਿੱਚ ਭਿੜੇ ਨੇ। ਛਡਵਾਉਣ ਦੇ ਲਈ ਜਦੋਂ ਪੁਲਿਸ ਫੋਰਸ ਗਈ ਤਾਂ ਕੈਦੀਆਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਕਾਂਸਟੇਬਲ ਜੇਲ੍ਹ ਸਿਕਿਉਰਿਟੀ ਜੋਧਾ ਸਿੰਘ ਜ਼ਖਮੀ ਹੋਏ ਨੇ। ਇਸ ਤੋਂ ਇਲਾਵਾ ਧਾਰੀਵਾਲ ਦੇ SHO ਮਨਦੀਪ ਸਿੰਘ ਵੀ ਜ਼ਖਮੀ ਹੋਏ ਨੇ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹ ਤਸਵੀਰ ਵੇਖੋ। ਤਾਂ ਜੇਲ੍ਹ ਦੇ ਅੰਦਰ ਦੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਧੂੰਆਂ ਉੱਠਦਾ ਵਿਖਾਈ ਦੇ ਰਿਹਾ। ਤਾਂ ਜਿਹੜਾ ਕੈਦੀ ਨੇ ਉਹ ਆਪਸ ਦੇ ਵਿੱਚ ਭਿੜੇ, ਜਿਸ ਤੋਂ ਬਾਅਦ ਪੁਲਿਸ ਨੇ ਵੱਲੋਂ ਇਹਨਾਂ ਨੂੰ ਛਡਵਾਉਣ ਦੇ ਲਈ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਪੁਲਿਸ ਇਹਨਾਂ ਨੂੰ ਛਡਵਾਉਣ ਦੇ ਲਈ ਆਪਸ ਦੇ ਵਿੱਚ ਜਦੋਂ ਹੱਥੋਂ ਪਾਈ ਹੋ ਰਹੇ ਸੀ ਤਾਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ। ਜੇਲ੍ਹ ਦੇ ਅੰਦਰ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਜੰਗ ਦਾ ਮੈਦਾਨ ਬਣੀ ਹੈ ਗੁਰਦਾਸਪੁਰ ਦੀ ਜੇਲ੍ਹ। ਤਾਂ ਕੇਂਦਰੀ ਜੇਲ੍ਹ ਗੁਰਦਾਸਪੁਰ ਜੰਗ ਦਾ ਮੈਦਾਨ ਬਣੀ ਹੈ। ਕਿਸ ਤਰੀਕੇ ਦੇ ਨਾਲ ਧੂੰਆਂ ਉੱਠਦਾ ਵਿਖਾਈ ਦੇ ਰਿਹਾ ਇਸ ਜੇਲ੍ਹ ਦੇ ਅੰਦਰ ਤੋਂ। ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ, ਕਿ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਜਦੋਂ ਪੁਲਿਸ ਇਹਨਾਂ ਕੈਦੀਆਂ ਨੂੰ ਛਡਵਾਉਣ ਦੇ ਲਈ ਪਹੁੰਚੀ ਤਾਂ ਪੁਲਿਸ ਦੇ ਉੱਤੇ ਹੀ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਤਾਂ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵੀ ਬਖਸ਼ ਜੁੜੇ ਨੇ। ਤਾਂ ਰਵੀ ਬਖਸ਼, ਇਹ ਜਿਹੜੀ ਤਸਵੀਰ ਅਸੀਂ ਵੇਖ ਰਹੇ ਹਾਂ, ਜਿਸ ਤਰੀਕੇ ਦੇ ਨਾਲ ਪੂਰਾ ਘਟਨਾਕ੍ਰਮ ਹੋਇਆ, ਆਖਿਰ ਹੋਇਆ ਕੀ ਸੀ? ਪੁਲਿਸ ਦੇ ਉੱਤੇ ਅਟੈਕ ਕਿਵੇਂ ਕਰ ਦਿੱਤਾ ਗਿਆ? ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜੇਲ੍ਹ ਦੇ ਅੰਦਰ ਜਿਹੜਾ ਹੈ ਉਹ ਕਾਫੀ 2 ਘੰਟੇ ਪਹਿਲਾਂ ਤੋਂ ਜੋ ਹੈ ਉਹ ਹੰਗਾਮਾ ਹੋ ਰਿਹਾ ਲਗਾਤਾਰ। ਮੈਂ ਦੱਸਣਾ ਚਾਹੂੰਗਾ ਕਿ ਕੈਦੀਆਂ ਦੇ 2 ਗੁੱਟ ਜੋ ਨੇ ਉਹ ਆਪਸ ਦੇ ਵਿੱਚ ਭਿੜੇ ਨੇ। 2 ਗੁੱਟਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਜੋ ਹੈ ਉਹ ਸਥਿਤੀ ਇੰਨੀ ਜ਼ਿਆਦਾ ਜਿਹੜੀ ਆ ਉੱਥੇ ਉਹ ਤਣਾਅਪੂਰਨ ਬਣ ਗਈ ਕਿ ਅੰਦਰ ਜਿਹੜੀਆਂ ਬੈਰਕਸ ਬਣ ਰਹੀਆਂ ਸੀ ਉਹਨਾਂ ਦਾ ਮਲਬਾ ਜਿਹੜਾ ਹੈ ਉਹ ਕੈਦੀਆਂ ਵੱਲੋਂ ਜੋ ਹੈ ਇੱਕ ਦੂਜੇ ਦੇ ਉੱਤੇ ਮਾਰਨਾ ਸ਼ੁਰੂ ਕੀਤਾ। ਇੱਟਾਂ ਰੋੜੇ ਜਿਹੜੇ ਨੇ ਉਹ ਚਲਾਉਣੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਫਿਰ ਕੰਟਰੋਲ ਦੇ ਵਿੱਚ ਕਰਨ ਲਈ ਜਿਹੜੇ ਆ ਅੱਥਰੂ ਗੈਸ ਦੀ ਵਰਤੋਂ ਵੀ ਜਿਹੜੀ ਆ ਉਹ ਪੁਲਿਸ ਵੱਲੋਂ ਕੀਤੀ ਗਈ ਆ। ਔਰ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਰੀ ਕਿਸਮ ਦੇ ਵਿੱਚ ਜੋ ਹੈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ, ਜਿਹਨਾਂ ਦੇ ਵਿੱਚੋਂ SHO ਧਾਰੀਵਾਲ, ਉਹਨਾਂ ਦੇ ਸਿਰ ਦੇ ਵਿੱਚ ਜਿਹੜਾ ਪੱਥਰ ਲੱਗਣ ਕਰਕੇ ਉਹਨਾਂ ਦਾ ਸਿਰ ਪੱਟਿਆ ਹੈ। ਔਰ ਇਸ ਦੇ ਨਾਲ ਹੀ ਇੱਕ ਹੋਰ ਮੁਲਾਜ਼ਮ ਸਨ ਜਿਹੜੇ ਕਿ ਪ੍ਰੈਸ ਦੇ ਉਹਨਾਂ ਦੇ ਪੁਲਿਸ ਦੇ ਫੋਟੋਗ੍ਰਾਫਰ ਸਨ, ਉਹਨਾਂ ਦੀ ਅੱਖ ਦੇ ਉੱਤੇ ਜਿਹੜੀਆਂ ਨੇ ਚੋਟਾਂ ਲੱਗੀਆਂ ਨੇ। ਔਰ ਇਸ ਦੇ ਨਾਲ ਹੀ 2 ਹੋਰ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਫਿਲਹਾਲ ਜਿਹੜੀ ਸਥਿਤੀ ਹਾਲੇ ਵੀ ਤਣਾਅਪੂਰਨ ਬਣੀ ਹੋਈ ਹੈ ਔਰ 5 ਅਫੀਸ਼ੀਅਲ ਜਿਹਨਾਂ ਦੇ ਵਿੱਚ DIG, IG ਔਰ ਡਿਪਟੀ ਕਮਿਸ਼ਨਰ ਔਰ SSP ਗੁਰਦਾਸਪੁਰ ਜੋ ਹੈ ਉਹ ਵੀ ਲਗਾਤਾਰ ਜੇਲ੍ਹ ਦੇ ਅੰਦਰ ਪਹੁੰਚ ਕੇ ਜੋ ਹੈ ਉਹ ਸਥਿਤੀ ਦਾ ਨਿਯੰਤਰਣ ਕਰ ਰਹੇ ਨੇ ਔਰ ਸਥਿਤੀ ਨੂੰ ਕੰਟਰੋਲ ਹੇਠ ਜੋ ਹੈ ਉਹ ਕਰਨ ਦੀ ਜਿਹੜੀ ਆ ਉਹਨਾਂ ਦੀ ਕਵਾਇਦ ਲਗਾਤਾਰ ਚੱਲ ਰਹੀ ਹੈ। ਔਰ ਮੈਂ ਦੱਸਣਾ ਚਾਹਾਂਗਾ ਫਿਲਹਾਲ ਪਿਛਲੇ 1.5 ਘੰਟੇ ਤੋਂ ਜੋ ਹੈ ਜੇਲ੍ਹ ਦੇ ਅੰਦਰੋਂ ਕੋਈ ਅਜਿਹੀ ਆਵਾਜ਼ ਨਹੀਂ ਆ ਰਹੀ। ਉਸ ਤੋਂ ਪਹਿਲਾਂ ਰੁਕ ਰੁਕ ਕੇ ਧਮਾਕਿਆਂ ਦੀ ਆਵਾਜ਼ ਆ ਰਹੀ ਸੀ ਔਰ ਉਹ ਕਿਹਾ ਜਾ ਰਿਹਾ ਕਿ ਕੈਦੀਆਂ ਨੂੰ ਤਿੱਤਰ ਬਿੱਤਰ ਕਰਨ ਵਾਸਤੇ ਜੋ ਹੈ ਟੀਅਰ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਹੜਾ ਧੂੰਆਂ ਉੱਠਦਾ ਵਿਖਾਈ ਦੇ ਰਿਹਾ ਜੇਲ੍ਹ ਦੇ ਅੰਦਰ ਤੋਂ ਕਿ ਉਹ ਅਥਰੂ ਗੈਸ ਦੇ ਜਿਹੜੇ ਗੋਲੇ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੈਦੀਆਂ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਵਰਾਏ ਗਏ ਨੇ, ਕਿ ਉਹਨਾਂ ਦਾ ਧੂੰਆਂ ਜਿਹੜਾ ਉੱਠਦਾ ਹੋਇਆ ਵਿਖਾਈ ਦੇ ਰਿਹਾ? ਬਿਲਕੁਲ, ਫਿਲਹਾਲ ਜਿਹੜੀ ਮੁੱਢਲੀ ਜਾਣਕਾਰੀ ਜਿਹੜੀ ਆ ਰਹੀ ਹੈ ਉਹ ਇਹੋ ਹੀ ਆ ਰਹੀ ਹੈ ਕਿ ਕੈਦੀਆਂ ਦੇ ਕੋਲ ਮਲਬਾ ਹੋਣ ਕਰਕੇ ਕੈਦੀਆਂ ਦੇ ਹੱਥਾਂ ਦੇ ਵਿੱਚ ਇੱਟਾਂ ਰੋੜੇ ਸਨ ਔਰ ਜਿਸ ਦੇ ਕਾਰਨ ਹੀ ਉਹਨਾਂ ਨੂੰ ਜੋ ਹੈ ਪਿੱਤਰ ਪੁੱਤਰ ਕਰਨ ਵਾਸਤੇ ਜੋ ਹੈ ਅੱਥੋਂ ਗੈਸ ਛੱਡੀ ਗਈ ਹੈ। ਫਿਲਹਾਲ ਉਹਦੇ ਧੂੰਆਂ ਹੈ, ਬਾਕੀ ਜਿਹੜੀ ਇਹ ਸਾਰਾ ਖੁਲਾਸਾ ਜਦੋਂ ਵੀ ਕੋਈ ਅਫੀਸ਼ੀਅਲ ਬਾਹਰ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੀ ਗੱਲਬਾਤ ਤੋਂ ਬਾਹਰ ਨਿਕਲ ਕੇ ਆਵੇਗਾ। ਪਰ ਫਿਲਹਾਲ ਇਹੋ ਜਾਣਕਾਰੀ ਮਿਲ ਰਹੀ ਹੈ ਜਿਹੜਾ ਧੂੰਆਂ ਸਾਫ਼ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਉਸ ਟੀਅਰ ਗੈਸ ਦਾ ਹੀ ਆ ਰਿਹਾ ਹੈ ਕਿ ਤਾਂ ਜੋ ਕਿ ਜਿਹੜੇ ਕੈਦੀ ਜਿਹੜੇ ਨੇ ਇੰਨੇ ਇੱਕ ਦੂਜੇ ਨੂੰ ਮਾਰਨ ਤੱਕ ਜਿਹੜੇ ਨੇ ਪਹੁੰਚੇ ਹੋਏ ਸਨ ਤਾਂ ਉਹਨਾਂ ਨੂੰ ਇੱਕ ਸਾਈਡ ਦੇ ਉੱਤੇ ਜਿਹੜਾ ਹੈ ਉਹ ਕੀਤਾ ਜਾਵੇ। ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਦੋਵੇਂ ਪਾਸੇ ਦੇ ਉੱਤੋਂ ਜਿਹੜੇ ਕੈਦੀ ਇੱਕ ਦੂਜੇ ਵੱਲ ਇੱਟਾਂ ਪੱਥਰ ਜਿਹੜੇ ਚਲਾ ਰਹੇ ਸਨ ਔਰ ਜਿਹੜੀ ਪੁਲਿਸ ਸੀ ਉਹ ਸਟਾਫ ਜਦੋਂ ਆ ਗਈ ਉਹਨਾਂ ਦੇ ਇਹਨਾਂ ਨੂੰ ਹਟਾਉਣ ਵਾਸਤੇ ਤਾਂ ਹੀ ਜਿਹੜੇ ਆ ਉਹ ਇੱਟਾਂ ਰੋੜੇ ਜਿਹੜੇ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਲੱਗੇ ਨੇ ਜਿਸ ਕਾਰਨ ਉਹ ਇੱਥੇ ਫੱਟ ਹੋਏ ਨੇ। ਫਿਲਹਾਲ ਇਹ
ਸਾਰੀ ਸਥਿਤੀ ਨੂੰ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤੈਨਾਤ ਕਰ ਦਿੱਤੀ ਗਈ ਹੈ ਔਰ ਹਾਈ ਅਫੀਸ਼ੀਅਲ ਜਿਹੜੇ ਨੇ ਉਹ ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਜੋ ਕਿ ਇਹ ਹਾਲਾਤ ਜਿਹੜੇ ਨੇ ਉਹ ਸਾਰੇ ਕੀਤੇ ਜਾਣ, ਪਰ ਫਿਲਹਾਲ ਸਥਿਤੀ ਜਿਹੜੀ ਹੈ ਉਹ ਤਣਾਅਪੂਰਨ ਜ਼ਰੂਰ। ਰਵੀ ਪਤਾ ਲੱਗ ਸਕਿਆ ਕਿ ਵਜ੍ਹਾ ਕੀ ਸੀ, ਕਿਉਂ ਕੈਦੀਆਂ ਦੇ ਵਿੱਚ ਤਕਰਾਰ ਹੋਈ ਹੈ, ਇੱਥੋਂ ਤੱਕ ਗੱਲ ਕਿਉਂ ਪਹੁੰਚੀ? ਇਹ ਜਿਹੜੀ ਹੁਣ ਤੱਕ ਮੁੱਢਲੀ ਜਿਹੜੀ ਜਾਣਕਾਰੀ ਜਿਹੜੀ ਸੋਰਸਿਸ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋ ਇੱਕ ਦੂਜੇ ਦੇ ਐਂਟੀ ਗੈਂਗ ਗਰੁੱਪ ਜਿਹੜੇ ਨੇ ਉਹ ਜਿਹੜੇ ਨੇ ਆਪਸ ਦੇ ਵਿੱਚ ਭਿੜੇ ਨੇ। ਕੁਝ ਦਿਨ ਪਹਿਲਾਂ ਜਿਹੜੇ ਆ ਕੋਈ ਇੱਕ ਗੁੱਟ ਦਾ ਕੈਦੀ ਜਿਹੜੇ ਨੇ ਉਹ ਦੁਬਾਰਾ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਆਏ ਸੀ, ਜਾਂ ਕਿ ਇੱਕ ਦੋ ਪੀਓ ਜਿਹੜੇ ਨੇ ਉਹ ਦੁਬਾਰਾ ਆਏ ਸੀ ਜਿਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਔਰ ਇਹਨਾਂ ਦੀ ਰੰਜਿਸ਼ ਜਿਹੜੀ ਆ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜੀ ਆ ਲਗਾਤਾਰ ਚੱਲਦੀ ਸੀ ਔਰ ਜਿਸ ਤੋਂ ਲੈ ਕੇ ਜਿਹੜੀ ਅੱਜ ਦੀ ਜਿਹੜੀ ਆ ਉਹ ਇੰਨੀ ਜ਼ਿਆਦਾ ਵਿਸਫੋਟਿਕ ਹੋ ਗਈ ਕਿ ਆਪਸ ਦੇ ਵਿੱਚ ਜਿਹੜੀ ਆ ਗੁੱਸਣ ਗੁੱਸੇ ਹੋਣ ਤੋਂ ਬਾਅਦ ਜਿਹੜੀ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰਾਂ ਦੇ ਨਾਲ ਇਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਫਿਲਹਾਲ ਇਹੋ ਹੀ ਜਾਣਕਾਰੀ ਜਿਹੜੀ ਫਿਲਹਾਲ ਦੋਸਤੀ ਤੋਂ ਨਿਕਲ ਕੇ ਆ ਰਹੀ ਹੈ ਕਿ ਇਹ ਦੋ ਗੁੱਟ ਆਪਸ ਦੇ ਵਿੱਚ ਇਹਨਾਂ ਦੀ ਲੱਗਦੀ ਸੀ ਔਰ ਪੁਰਾਣੀ ਰੰਜਿਸ਼ ਤੇ ਚੱਲਦਿਆਂ ਹੀ ਜਿਹੜੇ ਇੱਕ ਦੂਜੇ ਦੇ ਇਸ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਔਰ ਜਿਸ ਨੂੰ ਛੁਡਾਉਣ ਵਾਸਤੇ ਜਦੋਂ ਪੁਲਿਸ ਗਈ ਹੈ ਰੋਕਣ ਵਾਸਤੇ ਪੁਲਿਸ ਗਈ ਹੈ ਤਾਂ ਪੁਲਿਸ ਦੇ ਵੀ ਜਿਹੜੀਆਂ ਨੇ ਕਰਮਚਾਰੀਆਂ ਦੇ ਸੱਟਾਂ ਲੱਗੀਆਂ ਨੇ ਜੀ। ਕਿ ਰਵੀ ਕਿੰਨੇ ਫਿਲਹਾਲ ਤੱਕ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਤਾਂ ਜ਼ਾਹਰ ਤੌਰ ਦੇ ਉੱਤੇ ਕੈਦੀ ਵੀ ਜਿਹੜੇ ਨੇ ਉਹ ਜ਼ਖਮੀ ਹੋਏ ਹੋਣਗੇ, ਪਤਾ ਲੱਗ ਸਕੇ ਕਿ ਕਿੰਨੇ ਕੈਦੀ ਤੇ ਕਿੰਨੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ? ਦੇਖੋ ਬਿਲਕੁਲ ਅਮਨ, ਚਾਰ ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਫਿਲਹਾਲ ਜੋ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਜਿਹੜਾ ਹੈ ਉਹ ਸਿਵਲ ਹਸਪੀਟਲ ਗੁਰਦਾਸਪੁਰ ਕੀਤਾ ਗਿਆ ਸੀ, ਜਿਹੜੇ ਕਿ ਕੈਮਰੇ ਅੱਗੇ ਵੀ ਜਿਹੜੇ ਅਸੀਂ ਦਿਖਾਏ ਨੇ ਔਰ ਕੈਦੀ ਕਿੰਨੇ ਨੇ ਜਾਂ ਉਹ ਹਵਾਲਾਤੀ ਕਿੰਨੇ ਜ਼ਖਮੀ ਹੋਏ ਨੇ ਉਹਦਾ ਬਾਰੇ ਹਾਲੇ ਕੋਈ ਪੂਰਾ ਖੁਲਾਸਾ ਨਹੀਂ ਹੋ ਸਕਿਆ ਕਿਉਂਕਿ ਕਿਸੇ ਵੀ ਹਵਾਲਾਤੀ ਕੈਦੀ ਨੂੰ ਬਾਹਰ ਇਲਾਜ ਵਾਸਤੇ ਨਹੀਂ ਲਿਆਂਦਾ ਗਿਆ ਔਰ ਜਿਹੜੇ ਇਲਾਜ ਵਾਸਤੇ ਲਿਆਂਦੇ ਗਏ ਸਨ ਐਂਬੂਲੈਂਸ ਦੇ ਵਿੱਚ ਉਹ ਫਿਲਹਾਲ ਚਾਰ ਮੁਲਾਜ਼ਮ ਹੀ ਜਿਹੜੇ ਹੈ ਉਹ ਬਾਹਰ ਆਏ ਸਨ ਜਿਨ੍ਹਾਂ ਦਾ ਇਲਾਜ ਕਰਕੇ ਜਿਹੜਾ ਹੈ ਹੁਣ ਉਹਨਾਂ ਨੂੰ ਵੀ ਜਿਹੜੀ ਹੈ ਉਹ ਘਰਾਂ ਨੂੰ ਜਿਹੜੀ ਉਹ ਛੁੱਟੀ ਦੇ ਦਿੱਤੀ ਗਈ ਆ। ਪਰ ਮੈਂ ਦੱਸਣਾ ਚਾਹਾਂਗਾ ਕਿ ਕਿੰਨੇ ਹਵਾਲਾਤੀ ਜਾਂ ਕਿੰਨੇ ਕੈਦੀ ਜਿਹੜੇ ਫੱਟਰ ਹੋਏ ਨੇ ਇਸਦੀ ਕੋਈ ਹਾਲੇ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕਿਉਂਕਿ ਹਾਲੇ ਇਹ ਸਿਰਫ ਜਿਹੜੀ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਉਹ ਲੱਗੇ ਹੋਏ ਨੇ ਤਾਂ ਜੋ ਕਿ ਇਹ ਕੈਦੀਆਂ ਨੂੰ ਆਪਾਂ ਆਪਣੀਆਂ ਬੈਰਕਾਂ ਦੇ ਵਿੱਚ ਬੰਦ ਕਰਕੇ ਉਸ ਤੋਂ ਬਾਅਦ ਹੀ ਉਹ ਦੇਖਿਆ ਜਾਵੇ ਕਿਹੜੇ ਕਿਹੜੇ ਕੈਦੀ ਜਾਂ ਕਿੰਨੇ ਹਵਾਲਾ ਜਿਹੜੇ ਚੱਕੀ ਨੇ ਤਾਂ ਕਿ ਉਹਨਾਂ ਦਾ ਫਿਰ ਇਲਾਜ ਕੀਤਾ ਜਾ ਸਕੇ ਜੀ। ਰਵੀ, ਕਿਉਂਕਿ ਕੈਦੀ ਆਪਸ ਦੇ ਵਿੱਚ ਭਿੜੇ ਨੇ, ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਤਾਂ FIR ਦਰਜ ਕੀਤੀ ਗਈ ਹੈ ਇਸ ਪੂਰੇ ਘਟਨਾਕ੍ਰਮ ਦੇ ਲਈ? ਬਿਲਕੁਲ, ਫਿਲਹਾਲ ਇਹ ਜਿਹੜੇ ਸਾਰੇ ਘਟਨਾਕ੍ਰਮ ਜਿਹੜਾ ਹੈ ਇਸ ਪੂਰੇ ਵਿੱਚ FIR ਜਿਹੜੀ ਹੈ ਸਾਡੇ ਕੋਈ ਵੀ ਗੱਲ ਇਹੋ ਜਿਹੀ ਨਿਕਲ ਕੇ ਸਾਹਮਣੇ ਆਈ ਕਿਉਂਕਿ ਜਿੰਨੀ ਹਾਲੇ ਪੁਲਿਸ ਫੋਰਸ ਆ ਜਿੰਨੇ ਵੀ ਅਫੀਸ਼ੀਅਲ ਨੇ ਸਿਰਫ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਆ ਉਹਨਾਂ ਵੱਲੋਂ ਹਾਲੇ ਗੱਲ ਉਹਨੇ ਕਿਹਾ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਸਾਰੀ ਸਥਿਤੀ ਕਿਉਂ ਇਹ ਜਿਹੜੇ ਕੈਦੀ ਲੜੇ ਨੇ ਕੀ ਕਾਰਨ ਸੀ ਇਹ ਸਭ ਦਾ ਜਿਹੜਾ ਉਹ ਜਾਂਚ ਕਰਕੇ ਉਸ ਤੋਂ ਬਾਅਦ ਜਿਹੜੀ ਹੈ ਉਹ ਮਾਮਲਾ ਜ਼ਰੂਰ ਦਰਜ ਕੀਤਾ ਜਾਵੇਗਾ। ਅਜਿਹਾ ਪੁਲਿਸ ਅਫੀਸਰ ਦਾ ਕਹਿਣਾ ਹੈ ਕਿ ਜਿਹੜੇ ਹਾਲਾਤ ਅਜਿਹੇ ਬਣਾਏ ਗਏ ਨੇ ਜੇਲ੍ਹ ਦੇ ਅੰਦਰ ਤਾਂ ਜਿਹਨਾਂ ਜਿਹਨਾਂ ਵੱਲੇ ਵੀ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ਼ ਕਾਰਵਾਈ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਪਰ ਫਿਲਹਾਲ ਉਹਨਾਂ ਨੇ ਤਾਂ ਪਹਿਲਾਂ ਉਹਨਾਂ ਨੇ ਕਿਹਾ ਕਿ ਪ੍ਰਾਇਮਰੀ ਸਾਡੀ ਇਹ ਕੋਸ਼ਿਸ਼ ਹੈ ਕਿ ਸਥਿਤੀ ਨੂੰ ਜਿਹੜਾ ਹੈ ਉਹ ਕਾਬੂ ਹੇਠ ਕਰਕੇ ਨਿਰੰਤਰ ਕੀਤਾ ਜਾਵੇ ਤਾਂ ਜੋ ਕਿ ਹੋਰ ਵੀ ਸਥਿਤੀ ਜਿਹੜੀ ਹੈ ਵਿਸਫੋਟਕ ਨਾ ਹੋ ਸਕੇ ਔਰ ਉਸ ਤੋਂ ਬਾਅਦ ਜਿਹੜੀ ਹੈ ਕਾਰਵਾਈ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਕਿ ਕਿਸ ਕਾਬਲ ਕਰਕੇ ਕਿਹਨਾਂ ਦੀ ਜਿਹੜਾ ਦੋਸ਼ੀ ਕੀ ਤਾਂ ਕਿ ਅਜਿਹੇ ਹਾਲਾਤ ਜਿਹੜੇ ਨੇ ਜੇਲ੍ਹ ਦੇ ਅੰਦਰ ਬਣੇ ਨੇ ਜੀ। ਜੀ, ਬਹੁਤ ਬਹੁਤ ਧੰਨਵਾਦ ਰਵੀ ਤਮਾਮ ਜਾਣਕਾਰੀ ਦੇ ਲਈ। ਤੁਸੀਂ ਇਸ ਖਬਰ ਦੇ ਉੱਤੇ ਬਣੇ ਰਹੋ, ਤੁਹਾਡੇ ਕੋਲੋਂ ਅਪਡੇਟ ਲੈਂਦੇ ਰਵਾਂਗੇ। ਪਰ ਗੁਰਦਾਸਪੁਰ ਦੀ ਇਹ ਜੇਲ੍ਹ ਜੰਗ ਦਾ ਮੈਦਾਨ ਬਣੀ ਹੈ ਤੇ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਇਹ ਮੰਜ਼ਰ ਜੇਲ੍ਹ ਦੇ ਅੰਦਰ ਤੋਂ ਸਾਹਮਣੇ ਆਇਆ ਤਾਂ ਇਹ ਬੇਹੱਦ ਵੱਡੇ ਸਵਾਲ ਖੜੇ ਕਰਨ ਵਾਲਾ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਕਿ ਆਖਿਰ ਜੇਲ੍ਹ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਜੇਲ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਵੇਂ ਕੈਦੀਆਂ ਦੀ ਝੜਪ ਹੋਈ, ਪੁਲਿਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਗਿਆ ਤਾਂ ਵੱਡਾ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੀ ਖੜ੍ਹਾ ਹੁੰਦਾ ਹੈ।